ਕਿਹਦਾ ਦੋਸਤੋ ਕੀ ਹਾਲ ਚਾਲ, ਮੇਰਾ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰੇ ਥੈਂਕ ਯੂ ਵੀਡੀਓ ਨੂੰ ਲਾਈਕ ਕਰ ਰਹੇ ਹੋ, ਚੈਨਲ ਸਬਸਕ੍ਰਾਈਬ ਕਰਦੇ ਹੋ, ਵਧੀਆ ਵਧੀਆ ਵੀਡੀਓਜ਼ ਰਿਕਮੈਂਡ ਕਰ ਰਹੇ ਹੋ, ਇੰਨਾ ਪਿਆਰ ਤੇ ਇੰਨਾ ਸਪੋਰਟ ਲਈ ਥੈਂਕਸ। ਸੋ ਇੰਜੀ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ, ਬਹੁਤ ਵਧੀਆ ਲੱਗਦਾ ਵੀਡੀਓ ਨੂੰ ਲਾਈਕ ਕਰਦੇ, ਸ਼ੇਅਰ ਕਰਦੇ, ਕਮੈਂਟ ਕਰਦੇ। ਸੋ ਇੰਜੀ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਦੇ ਰਹੋ ਅਤੇ ਇੰਜੀ ਸਪੋਰਟ ਅਤੇ ਪਿਆਰ ਦਿੰਦੇ ਰਹੋ। ਸੋ ਗਾਇਸ, ਅੱਜ ਜਿਹੜੀ ਵੀਡੀਓ ਹੈ ਜੀ, ਪਾਕਿਸਤਾਨੀ ਸੀਰੀਅਲ ਹੈ, ਕੌਮੇਡੀ ਸੀਰੀਅਲ ਲੂਜ਼ ਟਾਕ। ਸੋ ਉਸ ਸੀਰੀਅਲ ਦੀ ਐਪੀਸੋਡ ਦੀ ਕਲਿੱਪ 'ਤੇ ਆਪਾਂ ਰਿਐਕਸ਼ਨ ਦਿਆਂਗੇ। ਮੈਨੂੰ ਕਾਫੀ ਸਾਹਿਬਾਂ ਨੇ ਬੋਲਿਆ ਤਾਂ ਉੱਤੇ ਜ਼ਰੂਰ ਕਰੋ, ਅਤੇ ਲੈਜੈਂਡਰੀ ਆਰਟਿਸਟ ਮੋਇਨ ਅਖਤਰ ਜੀ ਨੇ, ਅਤੇ ਤੁਹਾਨੂੰ ਪਤਾ ਹੀ ਸਾਰੇ ਆ, ਵੀਡੀਓ 'ਤੇ ਕਮਾਲ ਹੋਣੀ ਵਾਲੀ ਹੈ। ਸੋ ਵੀਡੀਓ ਦਾ ਟਾਈਟਲ ਹੈ ਜੀ, ਅਬੇ ਸਾਲੇ ਮਾਫ਼ ਕਰਨਾ ਮੈਂ ਗੁੱਸੇ ਮੈਂ ਇੱਧਰ ਉੱਧਰ ਹੋ ਨਿਕਲ ਜਾਂਦਾ ਹਾਂ। ਸੋ ਚਲੋ ਵੀਡੀਓ ਵੇਖਦੇ ਹਾਂ ਤਾਂ ਬਾਕੀ ਗੱਲਾਂ ਕਰਦੇ ਮੇਰੇ ਤੋਂ ਬਾਅਦ। ਲੈਟ ਸਟਾਰਟ। ਮੈਂ ਕਭੀ ਇਸ ਤਰ੍ਹਾਂ ਕੀ ਬਾਤ ਕਰਤਾ ਨਹੀਂ, ਮਗਰ ਮੈਂ ਇੱਕ ਯੇ ਹਾਰਮੋਨੀਅਮ, ਮੁਝੇ ਐਸਾ ਲੱਗ ਰਿਹਾ ਜਿਸ ਆਪਕੇ ਦਾਂਤ ਜੋ ਹੈ ਨਾ, ਇਹ ਬਿਲਕੁਲ ਹਾਰਮੋਨੀਅਮ ਕੀ ਤਰ੍ਹਾਂ ਲੱਗ ਰਿਹਾ, ਬਹੁਤ ਅੱਛੇ ਲੱਗ ਰਹੇ। ਮੈਨੂੰ ਪਹਿਲੇ ਵੀ ਕਈ ਦਫ਼ਾ ਲੋਕਾਂ ਨੇ ਕਿਹਾ, ਔਰ ਮੈਂ ਖੁਸ਼ ਹੋਤਾ ਹੂੰ, ਅੱਛੇ ਸੇ ਬਾਤ ਸੇ ਮੈਂ ਖੁਸ਼ ਹੋਤਾ ਹੂੰ। ਅੱਛਾ, ਅਭੀ ਦੇਖੋ ਜੈਸੇ ਲੱਗ ਰਹੇ। ਇਸਮੇ ਤੀਸਰਾ ਕਾਲਾ ਗਾਇਬ ਹੈ, ਤੀਸਰਾ ਕਾਲਾ ਮੈਂ ਬੰਨੇ ਭੇਜਾ। ਤੁਮ ਜੇ ਯਹਾਂ ਪਰ ਮੇਰੇ ਸਾਥ ਮਾਹੌਲ ਕਰਨੇ ਆਏ ਹੋ, ਜਾਂ ਮੁਝੇ ਮੁਝਸੇ ਇੰਟਰਵਿਊ ਕਰਨੇ ਆਏ। ਅੱਛਾ, ਇਹ ਹਾਰਮੋਨੀਅਮ ਬਜਾਨੇ ਕਾ ਸ਼ੌਕ ਹੈ ਆਪਕੋ? ਕਿਆ ਹਾਰਮੋਨੀਅਮ ਬਜਾਨੇ ਕਾ ਸ਼ੌਕ ਹੈ? ਅਬੇ ਸਾਲੇ ਜੇ ਮਾਫ ਕਰਨਾ, ਮੈਂ ਇੱਧਰ ਉੱਥੇ ਮੈਂ ਇੱਧਰ ਉੱਧਰ ਨਿਕਲ ਜਾਂਦਾ ਹਾਂ। ਜਦ ਹਾਰਮੋਨੀਅਮ ਬਜਾ ਰਹਾ ਹੂੰ ਤਾਂ ਜ਼ਾਹਿਰ ਹੈ ਹਾਰਮੋਨੀਅਮ ਬਜਾਨੇ ਕਾ ਸ਼ੌਕ, ਲੇਕਿਨ ਸ਼ੌਕ ਮੁਝੇ ਕੁਛ ਔਰ ਵੀ। ਔਰ ਕੌਨ ਸਾ ਸ਼ੌਕ ਹੈ? ਅਗਲਾ ਸਵਾਲ ਕਰੋ। ਹਾਰਮੋਨੀਅਮ ਕਿਉਂ ਵਜਾ ਰਹੇ? ਹਾਰਮੋਨੀਅਮ ਕਿਉਂ ਵਜਾ ਰਹੇ? ਧੁਨ ਬਣਾ ਰਹੇ। ਕੌਨ ਸੀ ਧੁਨ ਬਣਾ ਰਹੇ? ਕੌਨ ਸੀ ਧੁਨ ਬਣਾ ਰਹੇ? ਇੱਕ ਧੁਨ ਬਣਾ ਰਹੇ, ਲੇਕਿਨ ਧੁਨ ਬਣ ਨਹੀਂ ਰਹੀ ਹੈ। ਕਿਉਂ ਨਹੀਂ ਬਣ ਰਹੀ? ਧੁਨ ਇਸ ਲਈ ਨਹੀਂ ਬਣ ਰਹੀ ਹੈ ਕਿ ਹਾਰਮੋਨੀਅਮ ਬਜਾਣਾ ਨਹੀਂ ਆਤਾ। ਰੋਟੀ ਮੇਰੇ ਉੱਪਰ ਬੈਠੀ ਹੈ, ਮੈਂ ਝੂਠ ਨਹੀਂ ਬੋਲ ਰਿਹਾ, ਹਾਰਮੋਨੀਅਮ ਬਜਾਣਾ ਨਹੀਂ ਆਤਾ। ਜਬ ਆਪਕੋ ਹਾਰਮੋਨੀਅਮ ਬਜਾਨਾ ਨਹੀਂ ਆਤਾ, ਫਿਰ ਕਿਉਂ ਬਜਾ ਰਹੇ? ਇਸ ਲਈ ਹਾਰਮੋਨੀਅਮ ਬਜਾ ਰਹੇ ਹੈ ਕਿ ਵਾਲਿਦ ਜੋ ਥੇ, ਅੱਬਾ ਹਮਾਰੇ, ਵੋ ਯੇ ਹਾਰਮੋਨੀਅਮ ਛੋੜ ਕੇ ਮਰੇ ਥੇ। ਤੋ ਅੱਬਾ ਹਾਰਮੋਨੀਅਮ ਬਜਾਤੇ ਥੇ? ਨਹੀਂ, ਅੱਬਾ ਹਾਰਮੋਨੀਅਮ ਖਾਤੇ ਥੇ। ਅਬੇ ਸਾਰੇ ਤਬੀ ਮੇਰਾ ਮਾਫ ਕਰਨਾ, ਗੁੱਸੇ ਮੈਂ ਇੱਧਰ ਉੱਧਰ ਨਿਕਲ ਜਾਤਾ ਹੂੰ, ਯੇ ਬਾਤ ਨਹੀਂ, ਜ਼ਾਹਿਰੀ ਬਾਤ ਹੈ, ਅੱਬਾ ਹਾਰਮੋਨੀਅਮ ਬਜਾਤੇ ਥੇ। ਕਹਾਂ ਬਜਾਤੇ ਥੇ? ਕਹਾਂ ਬਜਾਤੇ ਥੇ? ਅੱਬਾ ਹਾਰਮੋਨੀਅਮ ਕਹਾਂ ਬਜਾਤੇ? ਕਿਸੇ ਕੇ ਪੀਛੇ ਬਜਾਤੇ ਥੇ? ਕਿਸਕੇ ਪੀਛੇ ਬਜਾਤੇ ਥੇ? ਊਂਟ ਕੇ ਪੀਛੇ। ਕਿਆ ਅਬੇ ਸਾਲੇ, ਜਬ ਜ਼ਾਹਿਰ ਜਬ ਹਾਰਮੋਨੀਅਮ ਬਜਾਏਂਗੇ ਤੋ ਮਾਫ ਕਰਨਾ, ਮੈਂ ਗੁੱਸੇ ਮੈਂ ਇੱਧਰ ਉੱਧਰ ਨਿਕਲ ਜਾਤਾ ਹੂੰ, ਜਬ ਜ਼ਾਹਿਰ ਹਾਰਮੋਨੀਅਮ ਬਜਾਏਂਗੇ ਤੋ ਕਿਸੇ ਨਾ ਕਿਸੇ ਕੇ ਪੀਛੇ ਤੋ ਬਜਾਏਂਗੇ ਨਾ, ਖਾਤੂਨ ਕੇ ਪੀਛੇ ਬਜਾਤੇ ਥੇ। ਖਾਤੂਨ ਗਾਣੇ ਗਾਤੀ ਥੀ? ਖਾਤੂਨ ਗਾਣੇ ਗਾਤੀ ਥੀ? ਨਹੀਂ, ਖਬਰ ਪੜ੍ਹਦੀ ਥੀ, ਖਬਰੇ ਪੜ੍ਹਦੀ। ਅਬੇ ਸਾਲੇ, ਜਬ ਤਮੀਜ਼ ਸੇ ਬਾਤ ਕਰੇ, ਮਾਫ ਕਰਨਾ, ਮੈਂ ਗੁੱਸੇ ਮੈਂ ਇੱਧਰ ਉੱਧਰ ਨਿਕਲ ਜਾਤਾ ਹੂੰ, ਬਈ ਜ਼ਾਹਿਰ ਹੈ ਵੋ ਖਾਤੂਨ ਕੇ ਪੀਛੇ ਜਬ ਅੱਬਾ ਹਾਰਮੋਨੀਅਮ ਬਜਾਤੇ ਥੇ, ਤੋ ਇਸਕਾ ਮਤਲਬ ਯਹੀ ਹੈ ਨਾ ਕਿ ਖਾਤੂਨ ਗਾਤੀ ਥੀ, ਠੁਮਰੀ ਗਾਤੀ ਥੀ, ਗਜਲੇ ਗਾਤੀ ਥੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਵੀਡੀਓ ਸੀ, ਸੋ ਮਜ਼ਾ ਆ ਗਿਆ। ਓਰੀਜਨਲ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ, ਉੱਥੇ ਪੂਰਾ ਐਪੀਸੋਡ ਵੀ ਹੈ, ਤੁਸੀਂ ਉੱਥੇ ਦੇਖ ਸਕਦੇ ਹੋ। ਮੈਨੂੰ ਡਾਇਲੋਗ ਬੜਾ ਵਧੀਆ ਲੱਗਿਆ ਯਾਰ, ਅੱਬੇ ਸਾਲੇ, ਸੋਰੀ, ਮਾਫ਼ ਕਰਨਾ, ਮੈਂ ਗੁੱਸੇ ਮੈਂ ਇੱਧਰ ਉੱਧਰ ਇੱਧਰ ਉੱਧਰ ਨਿਕਲ ਜਾਤਾ ਹੂੰ, ਮੈਨੂੰ ਬਹੁਤ ਕਹਿਣ ਲੱਗਿਆ। ਸੋ ਇੱਕ ਜਿਹੜਾ ਹੋਰ ਮੈਨੂੰ ਸੀ ਕਿ ਮੈਨੂੰ ਧੁਨ ਨਹੀਂ ਨਿਕਲੀ, ਕਿਉਂ ਨਹੀਂ ਧੁਨ ਨਿਕਲੀ, ਕਿਉਂਕਿ ਮੇਰੀ ਹਾਰਮੋਨੀਅਮ ਬਜਾਣਾ ਨਹੀਂ ਆਤਾ। ਸੋ ਬਹੁਤ ਮਜ਼ਾ ਆਇਆ ਯਾਰ, ਸੋ ਕਾਫੀ ਫੈਨਸ ਕਹਿ ਰਹੇ ਸੀ ਕਿ ਇਸ ਉੱਤੇ ਜ਼ਰੂਰ ਐਕਸ਼ਨ ਵੀਡੀਓ ਬਣਾਓ। ਸੋ ਬਣਾਤੀ ਜੀ, ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਏਗੀ, ਮਜ਼ਾ ਆਇਆ ਹੋਏਗਾ, ਅਤੇ ਆਪਾਂ ਇਹਨਾਂ ਦੇ ਹੋਰ ਐਪੀਸੋਡ 'ਤੇ ਵੀ ਰਿਐਕਸ਼ਨ ਦਿਆਂਗੇ। ਸੋ ਪਲੀਜ਼ ਸਪੋਰਟ ਕਰੋ, ਅਤੇ ਬਸ ਸਬਸਕ੍ਰਾਈਬ ਕਰ ਦਿਉ ਅਤੇ ਕਮੈਂਟਾਂ ਦੀ ਹਨੇਰੀ ਲਿਆ ਦਿਉ। ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ ਬਾਏ।